ਬੋਲ ਜਨਤਾ ਬੋਲ ਦੀ ਟੀਮ ਪਹੁੰਚੀ ਹੈ ਖਰੜ ਦੇ ਪਿੰਡ ਝੁੰਗੀਆਂ ਦੇ ਵਿੱਚ ਵਾਰਡ ਨੰਬਰ 8 ਪੈਂਦਾ ਹੈ ਤੇ ਇੱਥੇ ਤ੍ਰਿਕੋਣੀ ਟੱਕਰ ਦੇਖਣ ਨੂੰ ਮਿਲਦੀ ਪਈ ਹੈ ਆਮ ਆਦਮੀ ਪਾਰਟੀ ਅਕਾਲੀ ਤੇ ਕਾਂਗਰਸ ਦੇ ਵਿੱਚ ਸਾਡੇ ਨਾਲ ਬਲਵਿੰਦਰ ਸਿੰਘ ਜੀ ਨੇ ਪਿੰਡ ਝੁੰਗੀਆਂ ਦੇ ਮੌਤਵਰ ਇਨਸਾਨ ਨੇ ਕਾਫੀ ਲੰਮਾ ਸਮਾਂ ਇਹਨਾਂ ਨੇ ਹੰਡਾਇਆ ਹੈ ਇਸ ਏਰੀਆ ਦੀ ਜੇ ਮੈਂ ਗੱਲ ਕਰਾਂ ਤੇ ਬਹੁਤ ਨਜ਼ਦੀਕੀ ਦੇ ਨਾਲ ਇਹ ਚੋਣਾਂ ਦੇਖੀਆਂ ਨੇ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਨੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਉਹਨਾਂ ਤੇ ਇਹ ਨੇਤਾ ਕਾਰਗਰ ਸਾਬਤ ਹੁੰਦੇ ਨੇ ਜਾਂ ਨਹੀਂ ਇਹਨਾਂ ਤੋਂ ਇਹਨਾਂ ਦਾ ਐਕਸਪੀਰੀਅੰਸ ਜਾਣਨ ਦੀ ਅਸੀਂ ਕੋਸ਼ਿਸ਼ ਕਰਾਂਗੇ ਬਲਵਿੰਦਰ ਜੀ ਤੁਸੀਂ ਲੰਮਾ ਸਮਾਂ ਇਸ ਪਿੰਡ ਝੁੰਗਿਆਂ ਦੇ ਵਿੱਚ ਹੰਡਾਇਆ ਤੁਸੀਂ ਕਈ ਇਲੈਕਸ਼ਨਸ ਦੇਖੇ ਨੇ ਰਾਜਨੇਤਾ ਆਉਂਦੇ ਨੇ ਵਾਅਦੇ ਕਰਦੇ ਨੇ ਲੱਗਦਾ ਪੂਰੇ ਹੁੰਦੇ ਨੇ ਕੋਈ ਵਾਅਦਾ ਪੂਰਾ ਨਹੀਂ ਜੀ ਹੁੰਦਾ ਹੁਣ ਤੱਕ 5 ਸਾਲ ਕਾਂਗਰਸ ਦੀ ਸਰਕਾਰ 5 ਸਾਲ ਕਾਲੀਆਂ ਦੀ ਸਰਕਾਰ ਵਾਅਦਾ ਕਿਸੇ ਦਾ ਪੂਰਾ ਨਹੀਂ ਹੁੰਦਾ ਕੋਈ ਮੰਗ ਪੂਰੀ ਨਹੀਂ ਹੁੰਦੀ ਕੋਈ ਐਮਸੀ ਬਣਦੇ ਪਿਛਲਾ ਐਮਸੀ ਨੇ ਕੁਝ ਨਹੀਂ ਕਰਿਆ 5 ਸਾਲਾਂ ਚ ਹੂੰ ਕੋਈ ਟੋਬਾ ਸਾਡਾ ਸਾਰਾ ਕੱਚਾ ਪਿਆ ਲਾਈਟਾਂ ਸਾਡੀਆਂ ਕੋਈ ਨਹੀਂ ਜੱਗੀ ਹੂੰ ਗਲੀਆਂ ਨਾਲੀਆਂ ਸਾਡੀਆਂ ਕੋਈ ਹੋ ਨਹੀਂ ਬਣੀ ਹੈ ਬਿਲਕੁਲ ਕੋਈ ਵੀ ਬੁਕਾਤ ਨਹੀਂ ਹੋਇਆ ਹੂੰ ਪੰਚਾਇਤੀ ਜ਼ਮੀਨ ਸਾਡੀ 10 ਕਿੱਲੇ ਉਹ ਮਾਲਕਾ ਬੈਠ ਗਈ ਕਮੇਟੀ ਹੂੰ ਇੱਕ ਵੀ ਕੰਮ ਨਹੀਂ ਹੋਇਆ 5 ਸਾਲਾਂ ਚ ਹੂੰ ਪ੍ਰਸ਼ਨachar ਫੈਲਦਾ ਰਿਹਾ ਪਿਛਲੇ ਸਾਲ ਉਹ ਤਾਂ ਫੈਲਦਾ ਹੀ ਤੋ ਆਪਣੀਆਂ ਜੇਬਾਂ ਆਪਣੀਆਂ ਪਰਦੇ ਆਪਣੇ ਕੋਠੀਆਂ ਪਾਲੀਆਂ ਆਪਣਾ ਸਭ ਕੁਝ ਕਰ ਲੈ ਇਹਨਾਂ ਨੇ ਕਰਿਆ ਕੁਛ ਨਹੀਂ ਹੈ ਜਿਵੇਂ ਤੁਸੀਂ ਦੱਸਿਆ ਤੁਹਾਡੇ ਘਰ ਦੀਆਂ 24 ਤੋਂ ਜ਼ਿਆਦਾ ਵੋਟਾਂ ਨੇ ਠੀਕ ਹੈ ਤੁਸੀਂ ਇੱਥੇ ਮਿਲ ਕੇ ਭਰਾ ਰਹਿੰਦੇ ਹੋ ਤੇ ਤੁਹਾਡੇ ਕੋਲੋਂ ਤਾਂ ਪਾਰਟੀ ਵਾਲੇ ਵੱਖ-ਵੱਖ ਪਾਰਟੀਆਂ ਵਾਲੇ ਆਉਂਦੇ ਵੀ ਹੋਣੇ ਅਪਰੋਚ ਵੀ ਕਰਦੇ ਹੋਣੇ ਜੀ ਸਾਡੇ ਹੱਕ ਦੇ ਵਿੱਚ ਬੋਲੋ ਸਾਡੇ ਹੱਕ ਦੇ ਵਿੱਚ ਬੋਲੋ ਤੁਹਾਨੂੰ ਕਿਵੇਂ ਜਾਂ ਐਮਸੀ ਚਾਹੀਦਾ ਇੱਥੋਂ ਦਾ ਏਰੀਆ ਦਾ ਕਿਵੇਂ ਜਾਂ ਹੋਣਾ ਚਾਹੀਦਾ ਐਮਟੀਓ ਚਾਹੀਦਾ ਜਿਹੜਾ ਵਿਕਾਸ ਕਰੇ ਸਾਬ ਕ ਮਿਲ ਮਿਲ ਕੇ ਚੱਲਦਾ ਦਾਅਵੇ ਨਾ ਕਰੇ ਸਭ ਦਾ ਵਿਕਾਸ ਸਾਬ ਨੂੰ ਨਾਲ ਲੈ ਕੇ ਚੱਲੇ ਉਹ ਐਮਸੀ ਹੋਣਾ ਚਾਹੀਦਾ ਉਹ ਪ੍ਰਧਾਨ ਸ਼ਹਿਰ ਦਾ ਹੋਣਾ ਚਾਹੀਦਾ ਹੋਰ ਹੋਰ ਸਾਡਾ ਕੁਝ ਨਹੀਂ ਸਾਡੇ ਤਾਂ ਵਿਕਾਸ ਦੀਆਂ ਹੀ ਗੱਲਾਂ ਪਿੰਡਾਂ ਦੀਆਂ ਤੇ ਪਿੰਡਾਂ ਦਾ ਵਿਕਾਸ ਇਹ ਨਾ ਹੋਇਆ ਵੇ ਕਰੂ ਕੀ ਐਮਸੀ ਨੂੰ ਬਣਾ ਕੇ ਪਿਛਲੇ 5 ਸਾਲ ਐਮਟੀ ਸਾਡਾ ਲੁਕਈ ਰਿਹਾ ਹੂੰ ਤੁਸੀਂ ਕਿਵੇਂ ਸਫਰ ਬਤੀਤ ਕਰ ਰਹੇ ਹੋ ਤੁਹਾਡੇ ਇੱਥੇ ਡਵੈਲਪਮੈਂਟ ਹੋਈ ਹੈ ਸੀਵਰੇਜ ਸੂਰੇਜ ਦੀ ਜੇ ਮੈਂ ਗੱਲ ਕਰਾਂ ਪਾਣੀ ਦੀ ਨਿਕਾਸੀ ਕੋਈ ਹੈਗੀ ਹੈ ਤੁਹਾਨੂੰ ਮਿਲੀ ਹੈ ਪਿਛਲੇ 5 ਸਾਲਾਂ ਚ ਕੋਈ ਪਾਣੀ ਦੀ ਨਿਕਾਸੀ ਨਹੀਂ ਹੋਈ ਕੋਈ ਕੁਝ ਨਹੀਂ ਹੋਏਗਾ ਉਹੀ ਪੈਪ ਪਿਛਲੇ ਜਿਹੜੇ 20 ਸਾਲ ਦੇ ਦੱਬੇਵੇਂ ਉਹਨਾਂ ਚ ਪਾਣੀ ਸ਼ਹਿਰ ਨੂੰ ਜਾ ਰਿਹਾ ਸੀਵਰੇਜ ਦਾ ਸਾਡੀ ਤਾਂ ਅਸੀਂ ਆਪਣਾ 50000 ਲੱਖ ਰੁਪਿਆ ਪੈਪ ਦੱਬੇ ਸਾਡੀ ਤਾਂ ਉਹ ਵੀ ਬੁਕਾਤ ਨਹੀਂ ਹੋਏ 5 ਸਾਲ ਦਾ ਸੀਵਰੇਜ ਦਾ ਮਤਲਬ ਜਿਹੜੇ ਦਾਅਵੇ ਜਾਂ ਜਿਹੜੇ ਵਾਦੇ ਇਹਨਾਂ ਵੱਲੋਂ ਕੀਤੇ ਜਾਂਦੇ ਨੇ ਆਗੂਆਂ ਵੱਲੋਂ ਨੇਤਾਵਾਂ ਵੱਲੋਂ ਜਿੱਤਣ ਤੋਂ ਬਾਅਦ ਉਹਨਾਂ ਨੂੰ ਕਿਤੇ ਵੀ ਪੂਰਾ ਨਹੀਂ ਕੀਤਾ ਜਾਂਦਾ ਜਿੱਤਣ ਤੋਂ ਬਾਅਦ ਤਾਂ ਦਿਖਦੇ ਹੀ ਨਹੀਂ ਇਹ ਤਾਂ ਸਾਰੇ ਲੁਕ ਜਾਂਦੇ ਆ ਤੇ ਆਪਣੇ ਖਰੜ ਚ ਜਾ ਕੇ ਵੱਲ ਜਾਂਦੇ ਆਪਣੇ ਹੀ ਚੇਲੇ ਆਨੇ ਘਰਾਂ ਨੂੰ ਮੁੜਿਆ ਨੇ ਹਮ ਅੱਛਾ ਅਧਿਕਾਰੀ ਜਿਹੜੇ ਹੈਗੇ ਨੇ ਐਮਸੀ ਜਿਹੜੇ ਹੈਗੇ ਨੇ ਜਿਹੜੇ ਮਿਊਨਿਸਪਲ ਕਾਉਂਸਲ ਦੇ ਅਧਿਕਾਰੀ ਨੇ ਉਹ ਸੁਣਵਾਈ ਕਰਦੇ ਆ ਤੁਸੀਂ ਉਹਨਾਂ ਤੱਕ ਅਪਰੋਚ ਕਰਦੇ ਹੋ ਉਹ ਤੁਹਾਡੀ ਸੁਣਵਾਈ ਕਰਦੇ ਆ ਜੇ ਐਮਸੀ ਉਹ ਨਹੀਂ ਕਰਦਾ ਤਾਂ ਅਫਸਰ ਕਿੱਥੋਂ ਕਰਨਗੇ ਹੁਣਾ ਤੱਕ ਜਾਣੇ ਉਹ ਐਮਸੀ ਨੂੰ ਕਹ ਦੇਣੇ ਵੀ ਐਮਸੀ ਕਰੂਗਾ ਤੁਹਾਡੇ ਬਾੜ ਐਮਸੀਪਾ ਤੁਸੀਂ ਐਮਸੀ ਐਮਸੀ ਦੇ ਕੋਲ ਜਾਓ ਐਮਸੀ ਤੁਹਾਡਾ ਵਕਾਦ ਕਰੂਗਾ ਤੁਸੀਂ ਐਮਸੀ ਨਜ਼ਰ ਨਹੀਂ ਆਉਂਦਾ ਐਮਸੀ ਨਜ਼ਰ ਨਹੀਂ ਆਉਂਦਾ ਐਮਸੀ ਦਿਖਦਾ ਨਹੀਂ ਹੈ ਅੱਛਾ ਤੁਸੀਂ ਬਹੁਤ ਆਗੂ ਦੇਖੇ ਬਹੁਤ ਨੇਤਾ ਦੇਖੇ ਬਹੁਤ ਐਮਸੀ ਤੁਹਾਡੇ ਦੌਰ ਦੇ ਵਿੱਚ ਹੋਏ ਹੋਣੇ ਹਾਲਾਂਕਿ ਇਹ ਪਿੰਡ ਸੀ ਪਹਿਲਾਂ ਹੁਣ ਇਹ ਮਿਊਨਿਸਪਲ ਕੌਂਸਲ ਉਹਦੇ ਚ ਆ ਗਿਆ ਹੈ 10 ਸਾਲ ਹੋ ਗਏ ਹਨ ਜੀ 10 ਸਾਲ ਹੋ ਗਏ ਨੇ ਇਹਨੂੰ ਤੇ ਹੁਣ ਤੁਹਾਨੂੰ ਲੱਗਦਾ ਕਿ ਫਾਇਦਾ ਹੋਇਆ ਜਾਂ ਨੁਕਸਾਨ ਹੋਇਆ ਪਿੰਡ ਹੀ ਠੀਕ ਸੀ ਹੁਣ ਨਗਰ ਨਿਗਮ ਚ ਆ ਗਿਆ ਤੇ ਹੁਣ ਇਹਦਾ ਨੁਕਸਾਨ ਹੋ ਗਿਆ ਨਗਰ ਨਿਯਮਾ ਤਾਂ ਆ ਕੇ ਕੁਛ ਨਹੀਂ ਫਾਇਦਾ ਹੈਗਾ ਕੋਈ ਨੁਕਸਾਨੇ ਹੋਇਆ ਪਿੰਡ ਦਾ ਜਿਹੜੀ ਕੋਈ ਮਕਾਨ ਕਿਸੇ ਨੇ ਕੁਝ ਪਾਉਣਾ ਤਾਂ ਉਹਦਾ ਸਾਰਾ ਪੈਸਾ ਕਮੇਟੀ ਪੈ ਜਾਂਦਾ ਬੁਕਾਤ ਕੋਈ ਹੁੰਦਾ ਨਹੀਂ ਹੈਗਾ ਇਹਦੇ ਨਾਲ ਉਹਦਾ ਪੰਚਾਇਤ ਪਿੰਡ ਦੀ ਵਧੀਆਤੀ ਅੱਛਾ ਹੁਣ ਇੰਨੀ ਵਧੀਆ ਕੋਠੀ ਪਾਈ ਆ ਤੁਸੀਂ ਡੰਗਰ ਡੰਗਰ ਵੀ ਰੱਖੇ ਨੇ ਤੇ ਇਹਨਾਂ ਦੀ ਵੀ ਦੇਖਭਾਲ ਕਰਦੇ ਹੋ ਕਿਵੇਂ ਜਿਵੇਂ ਜੀਵਨ ਚੱਲਦਾ ਪਿਆ ਜੀ ਜੀਵਨ ਸਖਾਲਾ ਚੱਲਦਾ ਵਧੀਆ ਵਹਿਲੇ ਆ ਜਮੀਨਾਂ ਵਾੜ ਠੇਕੇ ਪਈਆਂ ਵੀ ਆ ਆਬ ਵਹਿਲੇ ਐ ਮਸ ਤੇ ਤੁਸੀਂ ਬੱਬੂ ਮਾਨ ਦੇ ਪਿੰਡ ਵੀ ਜ਼ਮੀਨ ਲਈ ਹੋਈ ਹੈ ਉਧਰ ਵੀ ਤੁਸੀਂ ਠੇਕੇ ਦੇ ਦਿੱਤੀ ਹੋਈ ਹੈ ਹਾਂ ਜੀ ਹਾਂ ਬੱਬੂ ਮਾਨ ਦੇ ਵੀ ਲਈ ਵੀ ਹੈ ਇੱਧਰ ਚੁੰਨੀ ਰੈਡ ਵੀ ਲਈ ਵੀ ਹੈ ਸਾਰੀ ਠੇਕੇ ਤੇ ਠੀਕ ਹੈ ਹੁਣ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਜਿਹੜਾ ਆਹ ਐਮਸੀ ਬਣੇਗਾ ਇਸ ਏਰੀਏ ਦਾ ਉਹ ਕਿਵੇਂ ਜਾਂ ਸੂਝਵਾਨ ਹੋਣਾ ਚਾਹੀਦਾ ਕਿਵੇਂ ਜਾਂ ਹੋਣਾ ਚਾਹੀਦਾ ਹੁਣ ਪੜਿਆ ਲਿਖਿਆ ਹੋਣਾ ਚਾਹੀਦਾ ਸੂਝਵਾਨ ਹੋਣਾ ਚਾਹੀਦਾ ਜਿਹੜਾ ਵਿਕਾਸ ਕਰੇ ਸਾਰੇ ਪਿੰਡ ਦੇ ਮਿਲ ਕੇ ਹੋਣਾ ਚਾਹੀਦਾ ਹੂੰ ਸੋ ਬਲਵਿੰਦਰ ਸਿੰਘ ਜੀ ਉਹਨਾਂ ਦਾ ਸਾਫ਼ ਤੌਰ ਤੇ ਇਹ ਕਹਿਣਾ ਹੈ ਹਾਲਾਂਕਿ ਇਹ ਪਿੰਡ ਦੇ ਵਿੱਚ ਝੁੰਗੀਆਂ ਪਿੰਡ ਦੇ ਵਿੱਚ ਮੌਤਵਰ ਬੰਦੇ ਨੇ ਤੇ ਇਹ ਲਗਾਤਾਰ ਇਹ ਇਲੈਕਸ਼ਨ ਦੇਖਦੇ ਰਹੇ ਨੇ ਤੇ ਇਹਨਾਂ ਦਾ ਬਹੁਤ ਵੱਡਾ ਐਕਸਪੀਰੀਅੰਸ ਹੈ ਤੇ ਇਹਨਾਂ ਦਾ ਕਹਿਣਾ ਹੈ ਕਿ ਇਸ ਵਾਰ ਜਿਹੜਾ ਐਮਸੀ ਚੁਣਿਆ ਜਾਊਗਾ ਉਹ ਪੜਿਆ ਲਿਖਿਆ ਹੋਣਾ ਚਾਹੀਦਾ ਹੈ ਤੇ ਖਾਸ ਤੌਰ ਤੇ ਜਿਹੜੇ ਵਾਅਦੇ ਤੇ ਜਿਹੜੇ ਦਾਅਵੇ ਉਹਨਾਂ ਵੱਲੋਂ ਕੀਤੇ ਜਾਣਗੇ ਉਹ ਜਿੱਤਣ ਤੋਂ ਬਾਅਦ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਪੂਰੇ ਕੀਤੇ ਜਾਣ ਸੋ ਇਸ ਤਰ੍ਹਾਂ ਤੁਹਾਨੂੰ ਪਿੰਡ ਚੁੰਗਿਆਂ ਦੇ ਵਿੱਚ ਅਸੀਂ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਸੂਝਵਾਨ ਜਿਹੜੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਕੇ ਦੱਸਾਂਗੇ ਕਿ ਉਹ ਅਖੀਰ ਉਹ ਇਨ੍ਹਾਂ ਇਲੈਕਸ਼ਨਾਂ ਨੂੰ ਲੈ ਕੇ ਉਹਨਾਂ ਦੀ ਕੀ ਸੋਚ ਹੈ ਕੈਮਰਾਮੈਨ ਚੇਤਨ ਸ਼ਰਮਾ ਦੇ ਨਾਲ ਪ੍ਰਲਾਦ ਸੰਘੇਲਿਆ ਰੀਅਲ ਫਲੇਵਰਸ ਨਿਊਜ਼ ਖਰੜ